ਓਮ ਗਲੋਬਲ ਔਰ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਤੁਸੀਂ ਪੈਸੇ ਉਦੋਂ ਲਵੋਗੇ ਜਦੋਂ ਵੀਜ਼ਾ ਲੱਗੂਗਾ। ਭੱਟੀ ਸਾਹਿਬ ਨੇ ਹੁਣੇ ਕਿਹਾ ਕਿ ਅਸੀਂ ਬੱਚੇ ਦਾ ਫਿਊਚਰ ਬਣਾਉਂਦੇ ਹਾਂ, ਫਿਊਚਰ ਬਣਾਉਣ ਤੋਂ ਬਾਅਦ ਅਸੀਂ ਪੈਸੇ ਲੈਣ ਦੇ ਹੱਕਦਾਰ ਹਾਂ। ਪਰ ਪਿਛਲੇ ਸ਼ੋਅ ਵਿੱਚ ਆਪਣੀ ਇਹ ਵੀ ਗੱਲ ਹੋਈ ਸੀ ਕਿ ਜੋ ਆਪਾਂ ਬੋਲਦੇ ਹਾਂ ਮੂੰਹੋਂ ਉਹ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਚੇਂਜ ਹੋ ਸਕਦਾ ਹੈ। ਸੋ ਅਸੀਂ ਕਹਿੰਦੇ ਹਾਂ ਕਿ ਅਸੀਂ ਪੈਸੇ ਉਦੋਂ ਲਵਾਂਗੇ ਜਦੋਂ ਵੀਜ਼ਾ ਲੱਗ ਜੂਗਾ, ਅਸੀਂ ਬੱਚੇ ਦਾ ਫਿਊਚਰ ਬਣਾਉਂਦੇ ਹਾਂ, ਅਸੀਂ ਬੱਚੇ ਨੂੰ ਕੈਨੇਡਾ 'ਚ ਭੇਜਦੇ ਹਾਂ। ਸਵਾਲ ਇਹ ਪੈਦਾ ਹੁੰਦਾ ਕਿ ਬੱਚਾ ਤੁਹਾਡੇ ਕੋਲ ਚੱਲ ਕੇ ਆਉਂਦਾ 6 ਬੈਂਡ ਜਾਂ 6.5 ਬੈਂਡ ਵਾਲਾ ਬੱਚਾ ਆਉਂਦਾ ਹੈ, ਬੱਚਾ ਕਹਿੰਦਾ ਜੀ ਮੈਂ ਟੋਰਾਂਟੋ ਦੇ ਫਲਾਣੇ ਫਲਾਣੇ ਕਾਲਜ ਐਡਮਿਸ਼ਨ ਲੈਣੀ ਹੈ, ਮੈਂ ਸਸਕੈਚੂਅਨ 'ਚ ਐਡਮਿਸ਼ਨ ਲੈਣੀ ਹੈ, ਮੈਨੀਟੋਬਾ 'ਚ ਐਡਮਿਸ਼ਨ ਲੈਣੀ ਹੈ, ਮੈਂ ਵੈਨਕੂਵਰ 'ਚ ਐਡਮਿਸ਼ਨ ਲੈਣੀ ਹੈ। ਕੀ ਓਮ ਗਲੋਬਲ ਤੇ ਈਐਸਐਸ ਗਲੋਬਲ ਬੱਚੇ ਦੇ ਮਨ ਚਾਹੇ ਕਾਲਜ 'ਚ ਐਡਮਿਸ਼ਨ ਦਵਾਉਂਦਾ ਹੈ ਜਾਂ ਕੋਈ ਪਰਟੀਕੁਲਰ ਇੱਕ ਕਾਲਜ ਬੱਚਾ ਉੱਥੇ ਐਡਮਿਸ਼ਨ ਦਵਾਉਂਦਾ? ਨਹੀਂ, ਮੈਂ ਮਨ ਚਾਹੇ ਕਾਲਜ 'ਚ ਨਹੀਂ ਐਡਮਿਸ਼ਨ ਦਵਾਉਂਦਾ। ਮੇਰਾ ਇੱਕ ਬੜਾ ਸਿੰਪਲ ਜੀ ਇੱਕ ਫਿਲਾਸਫੀ ਹੈ ਮੇਰੇ ਕੰਮ ਕਰਨ ਦੀ ਕਿ ਜੋ ਤੇਰੀ ਪ੍ਰੋਫਾਈਲ ਦੇ ਅਕੋਰਡਿੰਗ ਹੈ ਉਹ ਜਿੱਥੇ ਕੋਰਸ ਅਵੇਲੇਬਲ ਹੋਏਗਾ ਮੈਂ ਉੱਥੇ ਦਵਾਵਾਂਗਾ, ਪਹਿਲੀ ਚੀਜ਼। ਦੂਜੀ ਚੀਜ਼, ਬੱਚੇ ਨੂੰ ਇਹ ਸਵਾਲ ਪੁੱਛਿਆ ਜਾਂਦਾ ਤੂੰ ਕੈਨੇਡਾ ਕਿਉਂ ਜਾਣਾ? ਭਾਜੀ ਮੈਂ ਇੱਕ ਪੜ੍ਹਾਈ ਕਰਨ ਵਾਸਤੇ ਜਾਣਾ। ਕਿਉਂ ਜਾਣਾ ਕੈਨੇਡਾ? ਭਾਜੀ ਯਾਰ ਬੈਟਰ ਫਿਊਚਰ ਵਾਸਤੇ ਜਾਣਾ, ਕਿਉਂਕਿ ਇੱਥੇ ਮੈਨੂੰ ਕੁਝ ਦਿਸਦਾ ਨਹੀਂ। ਓਕੇ, ਸੰਭਾਲਣ ਵਾਲਾ ਕੌਣ ਹੈ? ਮੇਰਾ ਜੀ ਸੰਭਾਲਣ ਵਾਲਾ ਟੋਰੋਂਟੋ ਹੈ। ਟੋਰੋਂਟੋ 'ਚ ਕਿੱਥੇ ਹੈ ਜੀ? ਬ੍ਰੈਂਪਟਨ ਦੇ ਵਿੱਚ ਹੈ। ਅੱਛਾ, ਕਾਲਜ ਇਹ ਕੈਨੇਡਾ ਦਾ ਵੀਜ਼ਾ ਹੋ ਜਾਏਗਾ ਜੀ, ਮੈਂ ਤੇਰਾ ਅਪਲਾਈ ਕਰੂੰਗਾ, ਤੇਰਾ ਇੱਦਾਂ ਇੱਦਾਂ ਸਾਰਾ ਪ੍ਰੋਸੈਸ ਹੈ। ਫਿਰ ਉਹਦਾ ਲਾਸਟ ਸਵਾਲ ਆਉਂਦਾ ਭਾਜੀ ਬ੍ਰੈਂਪਟਨ ਹੋ ਜਾਏਗਾ? ਨਹੀਂ ਜੀ, ਬ੍ਰੈਂਪਟਨ ਬਿਲਕੁਲ ਨਹੀਂ ਹੋਏਗਾ। ਕਿਉਂ ਬ੍ਰੈਂਪਟਨ ਨਹੀਂ ਹੋਏਗਾ? ਯਾਰ ਨਹੀਂ ਮਿਲੇਗਾ ਮੈਨੂੰ ਉੱਥੇ, ਮੇਰੇ ਕੋਲ ਕੋਰਸ ਨਹੀਂ ਹੈ ਤੈਨੂੰ ਦੇਣ ਵਾਸਤੇ ਜੋ ਤੇਰੀ ਪ੍ਰੋਫਾਈਲ ਦੇ ਅਕੋਰਡਿੰਗ ਚਾਹੀਦਾ। ਓਕੇ ਭਾਜੀ, ਮੇਰੇ ਰਿਸ਼ਤੇਦਾਰ ਆ, ਮੈਂ ਜਾਣਾ ਤੇ ਬ੍ਰੈਂਪਟਨ ਜਾਣਾ। ਭਾਜੀ ਆ ਕਾਗਜ਼ ਚੁੱਕੋ ਤੇ ਚੱਲ ਜਾਓ ਤੇ ਆਪਣੇ ਰਿਸ਼ਤੇਦਾਰ ਨੂੰ ਇਹ ਸਵਾਲ ਜ਼ਰੂਰ ਪੁੱਛੋ ਕਿ ਜੇ ਤੇਰਾ ਵੀਜ਼ਾ ਰਿਜੈਕਟ ਹੋ ਗਿਆ ਉਹ ਬ੍ਰੈਂਪਟਨ ਤੋਂ ਉੱਠ ਕੇ ਬ੍ਰੈਂਪਟਨ ਛੱਡ ਕੇ ਤੇਰੇ ਨਾਲ ਆ ਕਰਕੇ ਜਲੰਧਰ, ਲੁਧਿਆਣਾ ਜਾਂ ਪੰਜਾਬ 'ਚ ਰਹੂਗਾ? ਕਿ ਤੈਨੂੰ ਪਹਿਲੀ ਪ੍ਰਾਇੋਰਿਟੀ ਹੈ ਕਿ ਵੀ ਜਿੱਥੋਂ ਵਾਸਤੇ ਮੇਰੀ ਪ੍ਰੋਫਾਈਲ ਹੈ ਉੱਥੋਂ ਵਾਸਤੇ ਮੇਰਾ ਨਹੀਂ। ਠੀਕ ਹੈ, ਪਾਰਟੀਕੁਲਰ ਕਾਲਜ ਤੁਸੀਂ ਨਹੀਂ ਦੇ ਸਕਦੇ, ਪਰ ਐਟਲੀਸਟ ਆਪਾਂ ਨਹੀਂ ਦੇ ਸਕਦੇ, ਦੇ ਸਾਰਾ ਕੁਝ ਸਕਦੇ ਆ, ਦੇ ਸਾਰਾ ਕੁਝ ਸਕਦੇ ਆ, ਬਟ देयर ਆਰ ਹਾਈ ਚਾਂਸਸ। ਕੀ ਆਪਾਂ ਇੱਥੇ ਸਮਝਦੇ ਇਹ ਕਹਿ ਸਕਦੇ ਆ, ਦੱਸ ਸਕਦੇ ਆ ਨੰਬਰ ਆਫ ਕਾਲਜਸ ਦੱਸ ਸਕਦੇ ਜਿੱਥੇ ਤੁਸੀਂ ਫੀਸ ਆਫਟਰ ਵੀਜ਼ਾ ਲਓਗੇ? ਕਿੰਨੇ ਵੀ ਕਿਸੇ ਵੀ ਕਾਲਜ, ਕਿਸੇ ਵੀ ਯੂਨੀਵਰਸਿਟੀ, ਜੇ ਸਟੂਡੈਂਟ ਐਲੀਜੀਬਲ ਹੈਗਾ, ਜੇ ਸਟੂਡੈਂਟ ਦਾ ਪ੍ਰੋਫਾਈਲ ਐਲੀਜੀਬਲ ਹੈ, ਅੱਜ ਦੀ ਡੇਟ 'ਚ ਹੋ ਕੀ ਰਿਹਾ ਸਟੂਡੈਂਟ ਆਦਾ, ਉਹਦੇ 6 ਬੈਂਡ ਹੈ, ਇੱਕ 'ਚ 5.5 ਹੈ, ਉਹ ਆ ਕੇ ਫਿਰ ਉਹੀ ਸਵਾਲ ਪੁੱਛਦਾ ਮੈਂ SDS 'ਚ ਲਾ ਲਾਂਗਾ? ਹਰ ਰੋਜ਼ ਤੁਸੀਂ, ਹਰ ਰੋਜ਼ ਤੁਹਾਡਾ ਸ਼ੋਅ ਚੱਲਦਾ ਹੋਣਾ ਕਿਸੇ ਨਾ ਕਿਸੇ ਚੈਨਲ ਤੇ, ਜਿਹ 'ਚ ਤੁਸੀਂ ਕਹਿੰਦੇ ਹੋ ਕਿ SDS ਲਈ 6 ਸੀਟ ਚਾਹੀਦਾ, ਫਿਰ ਸਟੂਡੈਂਟ ਆ ਕੇ ਉਹੀ ਸਵਾਲ ਪੁੱਛਦਾ, ਫਿਰ ਉਹ ਆ ਕੇ ਪੁੱਛਦਾ ਕਿ ਮੈਂ ਸ਼ੈਰੀਡਨ 'ਚ ਚੱਲ ਜੂੰਗਾ, ਮੈਂ ਹੰਬਰ 'ਚ ਚੱਲ ਜੂੰਗਾ, ਮੇਰੇ ਇੰਨੇ ਬੈਂਡ ਹੈਗੇ, ਮੇਰਾ ਸਕੋਰ ਹੈਗਾ 52%, ਮੈਨੂੰ ਐਡਮਿਸ਼ਨ ਮਿਲ ਜੂਗੀ? ਉਹ ਵੈਬਸਾਈਟ ਤੇ ਪੜ੍ਹ ਕੇ ਆਇਆ ਕਿ ਉਹਨਾਂ ਦੀ ਐਲੀਜੀਬਿਲਿਟੀ ਹੀ ਨਹੀਂ ਮੀਟ ਹੋ ਰਹੀ, ਜਾਂ ਅਕੈਡਮਿਕਲੀ ਜਾਂ ਆਇਲਸ ਪ੍ਰੋਫੀਸ਼ੀਐਂਸੀ ਕਰਕੇ, ਫਿਰ ਕਿਸ ਤਰ੍ਹਾਂ ਉਹਦੀ ਐਲੀਜੀਬਲ ਐਡਮਿਸ਼ਨ ਹੋ ਜੂਗੀ? ਤੁਸੀਂ ਅੱਜ 2019 ਪਾਸ ਬੱਚਾ ਲੈ ਕੇ ਆਓ, ਆਇਲਸ ਵੀ ਨਾ ਕਰਾ ਕੇ ਲਿਆਓ, CBSE ਬੋਰਡ ਤੋਂ ਲਿਆਓ 85% ਨੰਬਰ, ਉਹਨੂੰ ਪੁੱਛੋ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ ਜਾਣਾ, ਕੈਨੇਡਾ, ਆਸਟ੍ਰੇਲੀਆ, ਕਿੱਥੇ ਜਾਣਾ, ਆਇਲਸ ਵੀ ਨਹੀਂ ਚਾਹੀਦੀ, ਉੱਥੇ ਵੀ ਉਹਦਾ ਦਾਖਲਾ ਹੋ ਜਾਊਗਾ, ਬੱਚਾ ਪੜ੍ਹਨ ਜਾਊਗਾ। ਜੇ ਤੁਹਾਡਾ ਪ੍ਰੋਫਾਈਲ ਚੰਗਾ ਹੈ ਫਿਰ ਤੁਸੀਂ ਡਿਮਾਂਡ ਕਰੋ, ਜੇ ਤੁਹਾਡਾ ਪ੍ਰੋਫਾਈਲ ਹੀ ਮਾੜਾ, 4 ਸਾਲ ਦਾ ਗੈਪ ਹੈ, 4 ਸਾਲ ਕੀ ਕੀਤਾ? ਭਾਜੀ ਕੁਛ ਨਹੀਂ ਕੀਤਾ, ਕੁਛ ਨਹੀਂ ਕੀਤਾ, ਤੇ ਹੁਣ ਤੈਨੂੰ ਕੈਨੇਡੀਅਨ ਐਮਬੈਸੀ ਵੀਜ਼ਾ ਦੇ ਦੇਵੇ ਕਿ ਤੂੰ ਕੈਨੇਡਾ ਆ ਕੇ ਪੜ੍ਹ ਲੈ ਸਾਡੇ ਕੋਲ, ਤੈਨੂੰ ਕਦੋਂ ਦੇ ਉਡੀਕਦੇ? ਗੱਲ ਫਿਰ ਉਹ ਹੁੰਦੀ ਨਾ, ਬੱਚਾ ਗੁੰਮਰਾਹ ਹੋ ਰਿਹਾ। ਤੁਸੀਂ ਕਹਿ ਰਹੇ ਹੋ ਕਿ ਘੱਟ ਨੰਬਰਾਂ ਦੇ ਐਡਮਿਸ਼ਨ ਨਹੀਂ ਹੋ ਸਕਦੀ, ਬਹੁਤ ਸਾਰੇ ਏਜੰਟ ਮੈਂ ਨਾਮ ਨਹੀਂ ਲੈਣਾ ਚਾਹੂੰਗਾ 33% ਐਡਮਿਸ਼ਨ ਕਰਵਾ ਰਹੇ ਆ। ਤੁਸੀਂ ਕਹਿ ਰਹੇ 2 ਤੋਂ 3 ਸਾਲ ਤੋਂ ਵੱਧ ਗੈਪ ਨਹੀਂ ਚੱਲ ਸਕਦਾ, ਉਹ ਕਹਿ ਰਹੇ 10 ਸਾਲ ਦਾ ਗੈਪ ਵੀ ਚੱਲੂਗਾ। ਸੋ ਬੱਚਾ ਤੁਹਾਨੂੰ ਵੇਖਣ ਵਾਲਾ ਵੀ ਉਹੀ ਮੀਡੀਆ ਹੈ, ਉਹਨਾਂ ਨੂੰ ਵੇਖਣ ਵਾਲਾ ਵੀ ਉਹੀ ਮੀਡੀਆ, ਬੱਚਾ ਕਨਫਿਊਜ਼ਡ ਨਹੀਂ? ਤੁਸੀਂ ਗਲਤ ਸੁਣ ਰਹੇ ਹੋ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਘੱਟ ਨੰਬਰ ਵਾਲਿਆਂ ਦੀ ਉਹਦੇ ਮਨ ਮਤਲਬ ਦੇ ਕਾਲਜ 'ਚ ਐਡਮਿਸ਼ਨ ਨਹੀਂ ਹੋ ਸਕਦੀ। ਮਾਫੀ ਚਾਹੁੰਦਾ, ਇਹ 'ਚ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ, ਇਹ ਮਤਲਬ ਇਹ ਕਿਸੇ ਵਾਸਤੇ ਨਹੀਂ ਹੈਗੀ, ਪਹਿਲੇ ਹੀ ਹੱਥ ਜੋੜ ਕੇ ਮਾਫੀ, ਬੈਗਰਸ ਕੈਨ ਨਾਟ ਬੀ ਦ ਚੂਸਰਸ। ਠੀਕ ਹੈ, ਕਿ ਵੀ ਜੇਕਰ ਮੇਰੇ 'ਚ ਇੱਕ ਕਮੀ ਹੈ ਤੇ ਭਾਈ ਮੈਨੂੰ ਪਤਾ ਕਿ ਮੈਨੂੰ ਉੱਥੇ ਪਹੁੰਚਣਾ ਤੇ ਮੈਨੂੰ ਇੱਕ ਸਪੋਰਟ ਸਿਸਟਮ ਚਾਹੀਦਾ, ਮੈਂ ਕਿਸ ਤਰੀਕੇ ਦੇ ਨਾਲ ਜਾ ਸਕਦਾ ਵਾਂ, ਮੇਰੀ ਐਲੀਜੀਬਿਲਿਟੀ, ਮੈਨੂੰ ਐਂਡ ਰਿਜ਼ਲਟ ਚਾਹੀਦਾ, ਮੈਨੂੰ ਵੀਜ਼ਾ ਚਾਹੀਦਾ, ਵੀਜ਼ਾ ਤੋਂ ਬਾਅਦ ਮੈਂ ਉੱਥੇ ਜਾ ਕਰਕੇ ਸੈਟਲ ਹੋਣਾ ਚਾਹੁੰਦਾ। ਪਹਿਲਾ ਸਟੈਪ ਵੀਜ਼ਾ ਹੈ, ਜੇਕਰ ਮੈਨੂੰ ਮੇਰੇ ਜੋ ਮੇਰੀ ਪ੍ਰੋਫਾਈਲ ਹੈ ਮੈਂ ਉਹਦੇ ਅਕੋਰਡਿੰਗ ਜੇ ਕੋਰਸ ਸਿਲੈਕਟ ਨਹੀਂ ਕੀਤਾ
ਤੇ ਮੇਰਾ ਵੀਜ਼ਾ ਲੱਗਣਾ ਹੀ ਨਹੀਂਗਾ। ਬੜਾ ਸਿੰਪਲ ਐਗਜ਼ਾਮਪਲ ਹੈ ਕਿ ਵੀ ਆਰਟਸ ਕੀਤਾ, ਕੋਈ ਮੈਥਸ ਐਡੀਸ਼ਨਲ ਸਬਜੈਕਟ ਨਹੀਂ, ਕੋਈ ਹੋਰ ਨਹੀਂ, ਤੁਸੀਂ ਸਿੱਧਾ ਕਹਿੰਦੇ ਮੈਂ ਬੈਚਲਰ ਆਫ ਬਿਜ਼ਨਸ ਸਟੱਡੀਜ਼ ਵਾਸਤੇ ਜਾ ਰਿਹਾ। ਤੁਸੀਂ ਮੈਨੂੰ ਇਹ ਗੱਲ ਦੱਸੋ, ਆਪਣੇ ਆਪ ਨੂੰ ਪੁੱਛ ਕੇ ਦੱਸੋ, ਜੇ ਤੁਸੀਂ ਮੇਰੇ ਨਾਲ ਸਹਿਮਤ ਕਰੋਗੇ, ਆਰਟਸ ਹਿਸਟਰੀ ਜੋਗ੍ਰਾਫੀ ਪੋਲੀਟੀਕਲ ਸਾਇੰਸ ਵਾਲਾ ਬੰਦਾ ਬਿਜ਼ਨਸ ਸਟੱਡੀਜ਼ 'ਚ ਕਿੱਦਾਂ ਕਾਮਯਾਬ ਹੋ ਕਰਕੇ ਨਿਕਲ ਸਕਦਾ ਹੈ? ਜੀ, ਸੋ ਆਮ ਜੇ ਕੰਸਲਟੈਂਟ ਦੀ ਗੱਲ ਕਰ ਲਈਏ ਤਾਂ ਕਿਤੇ ਨਾ ਕਿਤੇ ਬੱਚਿਆਂ ਦੇ ਡਰਦਾ ਖਾਂਦੇ ਨੇ, ਬੱਚਿਆਂ ਨੂੰ ਡਰਾਉਂਦੇ ਨੇ ਕਿ ਤੇਰਾ ਵੀਜ਼ਾ ਨਹੀਂ ਲੱਗਣਾ, ਤਰ੍ਹਾਂ ਤਰ੍ਹਾਂ ਦੀਆਂ ਅਟਕਲਾਂ ਵਿਖਾਉਂਦੇ ਨੇ, ਉਸ ਤੋਂ ਬਾਅਦ ਫਾਈਲ ਲੈ ਕੇ ਕਹਿੰਦੇ ਹਾਂ ਇੱਕ ਕੋਸ਼ਿਸ਼ ਕਰ ਸਕਦੇ ਹਾਂ ਜੇ ਤੇਰਾ ਵੀਜ਼ਾ ਲੱਗ ਜਾਏ, ਚੱਲ ਇੱਦਾਂ ਕਰੀ ਰਸੀਦ ਕਟਾ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿੱਤੀ, ਮੇਰੀ ਪ੍ਰੋਸੈਸਿੰਗ ਫੀਸ ਦੇ ਜਾ 15,000। ਸੋ ਬੱਚਾ ਉੱਥੇ ਡਰ ਜਾਂਦਾ ਕਿ ਯਾਰ ਮੇਰਾ ਵੀਜ਼ਾ ਲੱਗਣਾ ਨਹੀਂ, ਏਜੰਟ ਕਹਿੰਦਾ ਨਹੀਂ ਲੱਗਣਾ, ਚੱਲ ਕੋਈ ਨਹੀਂ 15,000 ਦਾ ਜੂਆ ਖੇਡ ਲੈਂਦੇ ਹਾਂ। ਪਰ ਅਲਟੀਮੇਟਲੀ ਜਿਵੇਂ ਭੱਟੀ ਸਾਹਿਬ ਔਰ ਪੁਨੀਤ ਜੀ ਨੇ ਕਿਹਾ ਕਿ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗ ਵੀਜ਼ਾ ਲੱਗਣਾ ਹੈ। ਪ੍ਰੈਜੈਂਟੇਸ਼ਨ ਬਹੁਤ ਡਿਪੈਂਡ ਕਰਦੀ ਤੁਹਾਡੀ ਫਾਈਲ ਨੂੰ ਕਿਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾਂਦਾ, ਕਿ ਚੰਗਾ ਵਕੀਲ, ਇੱਕ ਚੰਗਾ ਲਾਇਰ, ਇੱਕ ਚੰਗਾ ਕੰਸਲਟੈਂਟ ਤੁਹਾਡੇ ਮਾੜੇ ਪ੍ਰੋਫਾਈਲ ਨੂੰ ਵੀ ਜੋ ਚੰਗੇ ਤਰੀਕੇ ਨਾਲ ਪ੍ਰੈਜੈਂਟ ਕਰਦਾ ਤਾਂ ਵੀਜ਼ਾ ਅਪਰੂਵਲ ਵੱਲ ਨੂੰ ਜਾਂਦਾ ਹੈ। ਔਰ ਇੱਕ ਉਹ ਕੰਸਲਟੈਂਟ ਜਿਵੇਂ ਅਸੀਂ ਦੱਸਿਆ ਸੀ ਕਿ ਮੋਬਾਈਲਾਂ ਵਾਲੇ ਰੀਅਲ ਸਟੇਟ ਵਾਲੇ ਜਦੋਂ ਇਸ ਫੀਲਡ ਵਿੱਚ ਆ ਜਾਂਦੇ ਆ, ਤੁਹਾਡੇ ਕੇਸਿਸ ਦਾ ਪਤਾ ਨਹੀਂ ਹੁੰਦਾ, ਪ੍ਰੈਜੈਂਟੇਸ਼ਨ ਦਾ ਪਤਾ ਨਹੀਂ ਹੁੰਦਾ ਕਿ 7 ਬੈਂਡ ਵਾਲੇ ਦੀ ਅਸੀਂ ਰਿਫਿਊਜ਼ਲ ਬੜੀ ਆਮ ਵੇਖਦੇ ਹਾਂ। ਸੋ ਡਿਪੈਂਡ ਇਹ ਕਰਦਾ ਕਿ ਤੁਸੀਂ ਕਿਸ ਕੰਸਲਟੈਂਟ ਕੋਲ ਅਪਲਾਈ ਕਰਨਾ। ਹਾਂ, ਫੀਸ ਆਫਟਰ ਵੀਜ਼ਾ ਜਾਂ ਬਿਫੋਰ ਵੀਜ਼ਾ, ਜਿਵੇਂ ਪੁਨੀਤ ਖੰਨਾ ਜੀ ਨੇ ਦੱਸਿਆ ਕਿ ਕੋਈ ਅਪਰੂਵਲ ਰੇਟ 'ਤੇ ਕੋਈ ਫਰਕ ਨਹੀਂ ਪੈਂਦਾ, ਕੋਈ ਰਿਜੈਕਸ਼ਨ ਰੇਟ 'ਤੇ ਵਰਕ ਨਹੀਂ ਪੈਂਦਾ, ਵੀਜ਼ਾ ਦੇਣਾ ਤੁਹਾਡੇ ਪ੍ਰੋਫਾਈਲ ਨੇ। ਸੋ ਡਿਪੈਂਡ ਕਰਦਾ ਤੁਸੀਂ ਕਿਸ ਕੰਸਲਟੈਂਟ ਕੋਲ ਫਾਈਲ ਲਗਵਾ ਰਹੇ ਹੋ, ਪਰ ਅਸੀਂ ਵਾਰ ਵਾਰ ਇਹੀ ਕਹਿੰਦੇ ਹਾਂ ਕਿ ਜਿਸ ਕੰਸਲਟੈਂਟ ਕੋਲ ਵੀ ਜਾਣਾ ਹੈ ਤਸਦੀਕ ਕਰ ਲਓ, ਉਸ ਤੋਂ ਬਾਅਦ ਆਪਣਾ ਕੇਸ ਦੋ। ਫਿਲਹਾਲ ਜਾ ਚਾਹੁੰਦੇ ਪੱਟੀ ਸਾਹਿਬ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।